ਸਲਾਮ ਅਲੈਕੁਮ ਜੀ। ਜੀ ਸਰ ਸਾਹਿਬ, ਅਸਲਾਮ ਅਲੈਕੁਮ। ਬਿਸਮਿਲ੍ਲਾ ਜਨਾਬ ਮੇਜਰ ਸਾਹਿਬ, ਕੀ ਹਾਲ ਹੈ? ਠੀਕ ਠਾਕ ਹੋ? ਠੀਕ ਹੋ ਜਨਾਬ, ਮਿਹਰਬਾਨੀ, ਸ਼ੁਕਰੀਆ। ਸਰ ਅੱਜ ਤੇ ਇਬਤਦਾ ਹੀ ਬੜੀ ਖੂਬਸੂਰਤ ਕੀਤੀ ਗਈ, ਤੇ ਦੋ ਚੀਜ਼ਾਂ ਨੂੰ ਯਕਜਾ ਕਰ ਦਿੱਤਾ ਗਿਆ, ਮੌਸਮ ਨੂੰ ਤੇ ਗੱਲ ਨੂੰ ਸਮਝਣ ਦੀ, ਕਲਾ ਹੋਵੇ, ਰਾਈਟਰ ਹੋਵੇ, ਸ਼ਾਇਰ ਹੋਵੇ, ਅਦੀਬ ਹੋਵੇ, ਗੁਲੂਕਾਰ ਹੋਵੇ, ਮੋਸੀਕਾਰ ਹੋਵੇ, ਉਹਨਾਂ ਸਾਰਿਆਂ ਚੋਂ ਮੈਂ ਇੱਕੋ ਗੱਠੀ ਚ ਬੰਨ ਦਿੱਤਾ। ਹਾਂ, ਮੇਰੇ ਖਿਆਲ ਹੈ ਕਿ ਇਹਨਾਂ ਦਾ ਇਕੱਠਿਆਂ ਹੋਣਾ ਬਹੁਤ ਜ਼ਰੂਰੀ ਹੈ ਜੀ। ਇੱਕੋ ਗੱਠੀ ਚ ਬੰਨ ਦਿੱਤਾ ਤੇ ਇੱਕ ਬਹੁਤ ਖੂਬਸੂਰਤ ਗੱਲ ਜਿਹੜੀ ਤੁਹਾਡੀ ਜੇ ਨੇ ਬੜੀ ਅਪੀਲ ਕੀਤੀ ਜੀ ਜੀ, ਜੇ ਤੁਸੀਂ ਗੁਫਤਗੂ ਕਰਦੇ ਸਰ ਸ਼ਾਹ ਸਾਹਿਬ ਨਾਲ, ਉਹਦੇ ਚ ਇੱਕ ਬੜੀ ਜ਼ਬਰਦਸਤ ਗੁਫਤਗੂ ਕੀਤੀ ਕਿ ਵਜ੍ਹਾ ਕੀ ਹੈ ਕਿ ਅੱਜ ਦੇ ਗਾਣੇ ਜਿੰਨੇ ਵੀ ਨੇ, ਜਿੰਨੀ ਮੌਸੀਕੀ ਹੈ ਜਾਂ ਗਾਣੇ ਨੇ, ਉਹਨਾਂ ਦੀ ਮੁੱਦਤ ਬੜੀ ਘੱਟ ਹੈ। ਹਾਂਜੀ, ਕੋਈ ਦੋ ਤਿੰਨ ਘੰਟੇ ਚੱਲਦਾ, ਕੋਈ ਮਹੀਨਾ ਚੱਲਦਾ, ਕੋਈ ਦੋ ਮਹੀਨੇ ਚੱਲਦਾ, ਉਹਦੇ ਬਾਅਦ ਉਹ ਗੁਮਨਾਮ ਹੋ ਜਾਂਦਾ। ਜਦ ਕਿ ਮੈਡਮ ਦੇ ਗਾਏ ਹੋਏ, ਫਰੀਦਾ ਖਾਨਮ ਦੇ ਗਾਏ ਹੋਏ, ਦਲਜੀਤ ਖਾਨਮ ਦੇ ਗਾਏ ਹੋਏ, ਜਿਹੜੇ ਪੁਰਾਣੇ ਜਿਹੜੇ ਗੁਲੂਕਾਰ ਨੇ ਜਾਂ ਰਾਈਟਰ ਸਨ ਜਿਹੜੇ, ਉਹਨਾਂ ਚ ਅੱਲਾ ਨੇ ਕੀ ਖੂਬੀ ਅਦਾ ਕੀਤੀ ਸੀ ਕਿ ਉਹ ਗਾਣੇ ਅੱਜ ਵੀ ਓਨੀ ਹੀ ਲਜ਼ਤ ਜਾਂ ਓਨੀ ਹੀ ਚਾਸ਼ਨੀ ਦਿੰਦੇ ਨੇ ਜਿੰਨੀ ਸ਼ਾਇਦ ਉਸ ਵਕਤ ਦਿੰਦੇ ਹੋਣਗੇ। ਬਿਲਕੁਲ ਸਹੀ, ਬਿਲਕੁਲ ਸਹੀ। ਅਸੀਂ ਸਨ 48 ਦੇ ਗਾਣੇ ਸੁਣਦੇ ਹਾਂ, 50 ਦੇ ਗਾਣੇ ਸੁਣਦੇ ਹਾਂ ਜੀ ਜੀ, ਤੇ ਗਾਲਬਨ ਉਹ ਗਾਣਿਆਂ ਦਾ ਅੱਜ ਵੀ ਓਨਾ ਹੀ ਲੁਤਫ ਹੈ ਜਿੰਨਾ ਉਸ ਵਕਤ ਸੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਸਰ। ਗਾਲਬਨ ਮੇਰਾ ਖਿਆਲ ਹੈ ਕਿ ਉਦੋਂ ਲੋਕੀ ਸ਼ਾਇਦ ਇਹ ਆਪਣੀ ਜਾਤ ਨੂੰ ਪਹਿਚਾਣ ਕੇ ਔਰ ਦਿਲ ਤੇ ਦਿਲ ਦੇ ਵਿੱਚੋਂ ਜਿਹੜੀ ਉਹਨਾਂ ਦੇ ਦਿਲ ਦੇ ਅੰਦਰੋਂ ਗੱਲ ਪੁੱਗਰ ਗਈਆਂ ਸੀ, ਜਿਸ ਦਾ ਮੇਰਾ ਉਹ ਗੱਲ ਬਾਹਰ ਕੱਢਦੇ ਸਨ। ਬਿਲਕੁਲ ਠੀਕ ਕਹਿ ਰਹੇ ਹੋ, ਇਹੀ ਗੱਲ ਹੈ। ਤੇ ਸਰ ਜਦੋਂ ਤੁਸੀਂ ਯਾਦ ਹੋਏਗਾ ਕਿ ਪਿੰਡਾਂ ਥਾਂ ਜਦੋਂ ਅਸੀਂ ਰਹਿੰਦੇ ਸਾਂ ਨਾ, ਉਦੋਂ ਕੁਛ ਲੋਕ ਆਉਂਦੇ ਸਨ ਜਿਹੜੇ ਇਹ ਬੱਸਾਂ ਚ ਵੀ ਅਸਾਂ ਦੇਖੇ ਨੇ ਬੰਦੇ, ਤੇ ਪਿੰਡਾਂ ਚ ਵੀ ਦੇਖੇ ਨੇ, ਉਹ ਕਿੱਥੇ ਪੜ੍ਹਦੇ ਹੁੰਦੇ ਸਨ ਸਰ, ਉਹ ਕਿੱਥੇ ਜਿਹੜੇ ਪੜ੍ਹਦੇ ਸਨ, ਉਹ ਵੀ ਪੂਰੀ ਕਥਾ ਹੁੰਦੀ ਜੀ। ਬਿਲਕੁਲ, ਬਲਕਿ ਬੱਸਾਂ ਵਿੱਚ, ਗੱਡੀਆਂ ਚ, ਰਾਹ ਰਸਤੇ ਚ, ਅੱਡੇ ਤੇ, ਨਾਲੇ ਉਹਨਾਂ ਨੇ ਵੇਚਣੇ ਤੇ ਨਾਲੇ ਸੁਣਾਣੇ ਪੜ੍ਹ ਕੇ, ਨਾਲੇ ਪੜ੍ਹ ਕੇ ਉਹਨਾਂ ਨੂੰ ਸੁਣਾਉਂਦੇ ਸਨ। ਜਦੋਂ ਤੁਸੀਂ ਉਹਨਾਂ ਨੂੰ ਸੁਣਦੇ ਸੋ ਜੀ, ਜੋ ਐਂਡ ਲੱਗਦਾ ਸੀ ਕਿ ਤੁਹਾਡੀ ਹੀ ਗੱਲ ਉਹ ਕਰਦੇ ਨੇ ਜੀ। ਬਿਲਕੁਲ, ਇਸੇ ਤਰ੍ਹਾਂ। ਤੇ ਸ਼ਾਹ ਹੋਰਾਂ ਨੇ ਇੱਕ ਬੜੀ ਖੂਬਸੂਰਤ ਗੱਲ ਕੀਤੀ ਕਿ ਅਸੀਂ ਆਪਣੇ ਅੱਖਰ ਭੁੱਲ ਗਏ ਰਹੇ ਹਾਂ, ਵੀਹਾਂ ਪੰਜੀਆਂ ਨਫਰਾਂ ਦੇ ਉੱਤੇ ਅਸੀਂ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ, ਉਹਦੇ ਗੀਤ ਦੀ ਅਸੀਂ ਘੁੰਮਦੇ ਰਹਿੰਦੇ ਹਾਂ। ਸਹੀ, ਤੇ ਉਹ ਤੁਸੀਂ ਜਿਹੜਾ ਕਹਿੰਦੇ ਰਹਿੰਦੇ ਹੋ ਨਾ ਹਮੇਸ਼ਾ, ਸਾਨੂੰ ਹਰ ਵਾਰੀ ਤੁਸੀਂ ਕਹਿੰਦੇ ਹੋ ਕਿ ਜਦੋਂ ਤੁਸੀਂ ਗੋਹ ਕਰੋਗੇ ਤੇ ਫੇਰ ਹੀ ਗਿਆਨ ਆਏਗਾ। ਹਾਂਜੀ ਹਾਂਜੀ, ਨਾ ਸਾ ਗੋਹ ਕਰਨਾ ਨਾ ਸਾਨੂੰ ਗਿਆਨ ਆਉਣਾ। ਦੇਖੋ ਜੀ, ਧਿਆਨ ਕਰੋਗੇ ਤੇ ਤੁਹਾਡਾ ਰੁਝਾਨ ਹੋਏਗਾ ਜੀ। ਬਿਲਕੁਲ, ਕੁਲਵਿੰਦਰ ਸਿੰਘ ਬਾਜਵਾ ਜੀ ਆ ਗਏ ਨੇ, ਤੁਹਾਨੂੰ ਸਲਾਮ ਕਹਿ ਰਹੇ ਨੇ ਮੇਜਰ ਸਾਹਿਬ ਜੀ। ਕੌਣ ਜੀ? ਕੁਲਵਿੰਦਰ ਸਿੰਘ ਬਾਜਵਾ ਤੁਹਾਨੂੰ ਸਲਾਮ ਕਹਿ ਰਹੇ ਨੇ ਸਰ, ਉਹਨਾਂ ਦਾ ਨੰਬਰ ਮੇਰੇ ਕੋਲ ਮਿਸਪਲੇਸ ਕਿਤੇ ਹੋ ਗਿਆ। ਅੱਛਾ, ਬਾਜਵਾ ਸਾਹਿਬ ਸੁਣਦੇ ਪਏ ਤੇ ਮੈਨੂੰ ਨੰਬਰ ਆਪਣਾ ਸੈਂਡ ਕਰ ਦਿਓ, ਤੁਹਾਡੀ ਮਿਹਰਬਾਨੀ ਹੈ। ਠੀਕ ਹੈ ਜੀ, ਉਹਨਾਂ ਦਾ ਨੰਬਰ ਮਿਸਪਲੇਸ ਹੋ ਗਿਆ ਸਰ, ਜੁੰਦੇ ਪਾਸੇ ਰਹਿ ਜੀ। ਤੇ ਸਰ ਇੱਕ ਕਿੱਸਾ ਕਹਾਣੀ ਇਹ ਕਿ ਜਦੋਂ ਗੱਲ ਦਿਲ ਦੇ ਵਿੱਚੋਂ ਨਿਕਲੇਗੀ ਨਾ ਸਰ, ਮੈਂ ਕਹਿੰਦਾ ਉਹਦਾ ਅਸਰ ਜ਼ਰੂਰ ਹੋਏਗਾ। ਬਿਲਕੁਲ ਸਹੀ, ਬਿਲਕੁਲ। ਇੱਕ ਸਰ ਗੱਲ ਤੁਸੀਂ ਬੜੀ ਹੋਰ ਖੂਬਸੂਰਤ ਕੀਤੀ, ਸ਼ਾਹ ਸਾਹਿਬ ਨੇ ਕੀਤੀ, ਤੁਸਾਂ ਕੀਤੀ ਕਿ ਬਾਅਦ ਔਕਾਤ ਤੁਸੀਂ ਸਿੱਖਣ ਲਈ ਤੁਹਾਨੂੰ ਖਾਮੋਸ਼ ਰਹਿਣਾ ਬਹੁਤ ਬਹੁਤ ਜ਼ਰੂਰੀ ਹੋ, ਤੇ ਫਿਰ
ਤੁਸੀਂ ਬਹੁਤ ਅੱਛੇ ਸੁਣਨ ਵਾਲੇ ਹੋਣੇ ਚਾਹੀਦੇ ਜੀ, ਬਿਲਕੁਲ ਜੀ ਬਿਲਕੁਲ। ਉਹ ਬੋਲਣਾ ਹੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਤੇ ਬੋਲਿਆ ਜਾਏ, ਅਗਰ ਤੁਹਾਡੇ ਕੰਨਾਂ ਨੂੰ ਸੁਣਨ ਦੀ ਸ਼ਨਾਖਤ ਹੀ ਆਵੇ ਤੇ ਸੁਣੀਆਂ ਹੋਈਆਂ ਗੱਲਾਂ ਤੁਹਾਡੇ ਦਿਲ ਚ ਉਤਰਨਗੀਆਂ, ਅਸਰ ਕਰਨਗੀਆਂ, ਉਹ ਤੁਹਾਡੇ ਚ ਕਲਮ ਛਿੱਕਣ ਦਾ ਅਮਲ ਵੀ ਜ਼ਿਆਦਾ ਹੋ ਜਾਏਗਾ। ਬਿਲਕੁਲ ਬੜਾ ਮੁਸ਼ਕਿਲ ਹੁੰਦਾ ਪਾਰਸ ਹੱਥ ਆ ਗਿਆ ਤੇ ਉਹ ਪਾਰਸ ਤੇ ਉਹ ਜਿਹਾ ਬੰਦਾ ਪਾਰਸ ਲੱਭਣ ਗਿਆ ਸੀ, ਪਹਾੜ ਦੀ ਖੁਦਾਈ ਕਰਦਾ ਸੀ ਨਾ ਪਿਆ, ਤੇ ਖੁਦਾਈ ਕਰਦਾ ਕਰਦੇ ਅੱਲਾ ਨੂੰ ਪਿਆਰਾ ਹੋ ਗਿਆ, ਭੁੱਖ ਲੱਗੀ ਦੀ ਸੀ ਤੇ ਉਹਨੇ ਕੋਈ ਪੱਥਰ ਪੜ ਕੇ ਨਾ ਤੇ ਆਪਣੇ ਪੇਟ ਨਾਲ ਬੰਨ ਲਿਆ ਦਾ ਸੀ, ਤੇ ਜਦੋਂ ਉਹਦੀ ਫੌਜੀ ਤੋਂ ਬਾਅਦ ਉਹਦਾ ਪੇਟ ਤੋਂ ਪੱਥਰ ਖੋਲਿਆ ਗਿਆ, ਉਹ ਪੱਥਰ ਪਾਰਸ ਸੀ ਜਿਹੜਾ ਉਹਨੇ ਆਪਣੇ ਪੇਟ ਨਾਲ ਬੰਨਿਆ, ਪੇਟ ਨਾਲ ਬੰਨਿਆ ਸੀ। ਤੇ ਸਰ ਤੁਸੀਂ ਸਾਡੇ ਲਈ ਪਾਰਸ ਹੋ, ਸਲਾਮਤ ਪ੍ਰਭੂ, ਅਸੀਂ ਉਸ ਪਾਰਸ ਨੂੰ ਲੱਭਣੇ ਪਏ ਸਰ, ਸਲਾਮਤ ਪ੍ਰਭੂ, ਸਲਾਮਤ ਪ੍ਰਭੂ, ਲੱਭਦੇ ਸਾਨੂੰ 10-12 ਸਾਲ ਹੋਏ ਨੇ, ਉਹਨਾਂ ਦਾ ਸ਼ਾਇਦ ਕੋਈ ਇੱਕ ਕਨੀ ਕੋਈ ਚੰਗੀ ਗੱਲ ਫੜ ਲਈ ਜਾਏ ਉਹਦੇ ਤੇ ਚੱਲਦੇ ਜਾਈਏ। ਬਸ ਬਹੁਤ ਮੁਹੱਬਤ, ਬਹੁਤ ਪਿਆਰ, ਰੱਬ ਰੱਖਾ।